ਬਾਲੀਵੁੱਡ ਇੰਡਸਟਰੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ। ਦੱਸੀਏ ਸੁਪਰਸਟਾਰ ਰਜਨੀਕਾਂਤ ਦੀ ਸਿਹਤ ਅਚਾਨਕ ਵਿਗੜ ਗਈ ਹੈ। ਦੱਸੀਏ ਸੋਮਵਾਰ ਰਾਤ ਨੂੰ ਰਜਨੀਕਾਂਤ ਦੀ ਜਿਹੜੀ ਤਬੀਅਤ ਹੈ ਉਹ ਖਰਾਬ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸੀਏ ਕਿ ਪੇਟ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ 73 ਸਾਲਾਂ ਦਾ ਇਹ ਅਦਾਕਾਰ ਦੀ ਜਿਹੜੀ ਹਾਲਤ ਹੈ ਉਹ ਸਥਿਰ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਦੀ ਇੰਟਰਵੈਸ਼ਨਲ ਕਾਰਡੀਓਲੋਜਿਸਟ ਡਾਕਟਰ ਸਾਇੰਸ ਸਤੀਸ਼ ਦੀ ਟੀਮ ਦੁਆਰਾ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਰਜਨੀਕਾਂਤ ਨੂੰ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਵੈਤਿਆਨ ਦੇ ਆਡੀਓ ਲਾਂਚ 'ਤੇ ਦੇਖਿਆ ਗਿਆ। ਰਜਨੀਕਾਂਤ ਨੇ 10 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਆਡੀਓ ਲਾਂਚ ਈਵੈਂਟ ਦੌਰਾਨ ਕੁਝ ਡਾਂਸ ਮੂਵ ਵੀ ਕੀਤੇ। ਵੈਤਿਆਨ ਵੀ ਰਜਨੀਕਾਂਤ ਦੀ ਜਿਹੜੀ ਹੈ 170th ਫਿਲਮ ਹੈ ਅਤੇ ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਹੈ ਉਹ ਖਰਾਬ ਨਜ਼ਰ ਆ ਰਹੀ ਹੈ। ਲੋਕ ਉਹਨਾਂ ਦੀ ਜਲਦੀ ਠੀਕ ਹੋਣ ਦੀ ਦੁਆ ਜਿਹੜੇ ਨੇ ਕਰ ਰਹੇ ਨੇ ਅਤੇ ਫਿਲਮ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਫੈਨਸ ਜਿਹੜੇ ਨੇ ਐਕਸਾਈਟਿਡ ਨੇ। ਰਜਨੀਕਾਂਤ ਨੂੰ ਹਾਲ ਹੀ 'ਚ ਇੱਕ ਈਵੈਂਟ 'ਚ ਦੇਖਿਆ ਗਿਆ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਤਬੀਅਤ ਜਿਹੜੀ ਆ ਥੋੜ੍ਹੀ ਵਿਗੜ ਗਿਆ। ਪਰ ਤਬੀਅਤ ਜਲਦੀ ਠੀਕ ਹੋਣ ਦੀ ਫੈਨਸ ਜਿਹੜੇ ਨੇ ਦੁਆ ਕਰ ਰਹੇ ਨੇ ਅਤੇ ਉਹਨਾਂ ਦੀ ਫਿਲਮ ਨੂੰ ਲੈ ਕੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਐਕਸਾਈਟਡ ਰਹਿੰਦੇ ਨੇ, ਕਿਉਂ ਉਹਨਾਂ ਦੀ ਫਿਲਮ 'ਚ ਕੁਛ ਵੱਖਰਾ ਜਿਹੜਾ ਹੈ ਅਕਸਰ ਹੀ ਫੈਨਸ ਨੂੰ ਦੇਖਣ ਨੂੰ ਮਿਲਦਾ ਹੈ। ਪਰ ਹੁਣ ਫੈਨਸ ਜਿਹੜੇ ਨੇ ਉਹਨਾਂ ਦੀ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਨੇ। ਉਹਨਾਂ ਦੀ ਤਬੀਅਤ ਠੀਕ ਵਿਗੜਨ ਪੈਚ ਉਹਨਾਂ ਦੀ ਤਬੀਅਤ ਵਿਗੜਨ ਕਾਰਨ ਉਹਨਾਂ ਨੂੰ ਅਪੋਲੋ ਹਸਪਤਾਲ 'ਚ ਭਰਤੀ ਕਰਵਾ ਗਿਆ, ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਪੂਰੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਤੇ ਹਾਲਤ ਵੀ ਜਿਹੜੀ ਹੈ ਸਥਿਰ ਦੱਸੀ ਜਾ ਰਹੀ ਹੈ।